ਹਵਾ ਦੇ ਵਿੱਚ ਫੈਲ ਰਿਹਾ ਜ਼ਹਿਰ ਉਸਨੂੰ ਜ਼ਹਿਰੀਲਾ ਬਣਾ ਰਿਹਾ ਹੈ। ਸਾਹ ਲੈਣ ਦੇ ਰਸਤੇ ਜ਼ਹਿਰੀਲੀ ਹਵਾ ਇਨਸਾਨ ਦੇ ਫੇਫੜਿਆਂ ਵਿੱਚ ਜਾ ਰਹੀ ਹੈ ਤੇ ਉਸਨੂੰ ਬਿਮਾਰ ਕਰ ਰਹੀ ਹੈ। ਇਹ ਜ਼ਹਿਰੀਲੀ ਹਵਾ ਇਨਸਾਨਾਂ ਤੋਂ ਉਹਨਾਂ ਦੀ ਜ਼ਿੰਦਗੀ ਖੋ ਰਹੀ ਹੈ। ਹਵਾ ਪ੍ਰਦੂਸ਼ਣ ਤੇ ਕੇਂਦਰ ਸਰਕਾਰ ਦੀ ਤਾਜ਼ਾ ਰਿਪੋਰਟ ਚਿੰਤਾ ਵਧਾਉਣ ਵਾਲੀ ਹੈ। ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਦੇ ਤਹਿਤ ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਪ੍ਰਦੂਸ਼ਣ ਤੇ ਸੰਸਦ ਵਿੱਚ ਜੋ ਰਿਪੋਰਟ ਪੇਸ਼ ਕੀਤੀ ਹੈ ਉਸ ਵਿੱਚ ਖੁਲਾਸਾ ਹੋਇਆ ਹੈ ਕਿ ਪ੍ਰਦੂਸ਼ਣ ਹੌਲੀ ਹੌਲੀ ਪੰਜਾਬ ਦੇ ਸ਼ਹਿਰਾਂ ਨੂੰ ਆਪਣੀ ਜ਼ੱਦ ਦੇ ਵਿੱਚ ਲੈ ਰਿਹਾ ਹੈ। ਨਿਊਜ਼ 18 ਦੇ ਸਪੈਸ਼ਲ ਸ਼ੋਅ ਦੇ ਵਿੱਚ ਅੱਜ ਅਸੀਂ ਉਸ ਰਿਪੋਰਟ ਤੇ ਵਰ ਕੇ ਖੋਲਾਂਗੇ ਅਤੇ ਗੱਲ ਕਰਾਂਗੇ ਕਿ ਪ੍ਰਦੂਸ਼ਣ ਕਿਸ ਤਰ੍ਹਾਂ ਜ਼ਿੰਦਗੀਆਂ ਖੋ ਰਿਹਾ ਹੈ। ਕੇਂਦਰ ਸਰਕਾਰ ਦੀ ਇਸ ਰਿਪੋਰਟ ਦੇ ਵਿੱਚ ਦੇਸ਼ ਦੇ 131 ਸ਼ਹਿਰਾਂ ਦੇ ਵਿੱਚ ਪ੍ਰਦੂਸ਼ਣ ਦੇ ਪੱਧਰ ਦਾ ਜ਼ਿਕਰ ਕੀਤਾ ਗਿਆ ਹੈ। ਸਭ ਤੋਂ ਜ਼ਿਆਦਾ ਚਿੰਤਾ ਦੀ ਗੱਲ ਇਹ ਹੈ ਕਿ ਦੇਸ਼ ਦੇ 10 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚ ਪੰਜਾਬ ਦੇ ਲੁਧਿਆਣਾ ਦਾ ਨਾਮ ਵੀ ਸ਼ਾਮਲ ਹੈ। ਦੇਸ਼ ਤੋਂ ਵੱਧ ਪ੍ਰਦੂਸ਼ਣ ਤੇ ਹਰਿਆਣਾ ਦਾ ਫਰੀਦਾਬਾਦ ਅਤੇ ਤੀਜੇ ਨੰਬਰ ਤੇ ਯੂਪੀ ਦਾ ਨੋਇਡਾ ਹੈ। ਲਿਸਟ ਦੇ ਵਿੱਚ 10ਵੇਂ ਨੰਬਰ ਬੁੱਢੇ ਨਾਲੇ ਦੀ ਸਮੱਸਿਆ ਨੂੰ ਲੈ ਕੇ, ਚਾਹੇ ਡਾਇੰਗ ਯੂਨਿਟ ਦੇ ਵਿੱਚੋਂ ਨਿਕਲਦੇ ਧੂੰਏ ਨੂੰ ਲੈ ਕੇ ਲੱਗ ਲਓ ਵੀ, ਪਰ ਇਹਨਾਂ ਹਾਲਾਤਾਂ ਨੂੰ ਲੈ ਕੇ ਤੁਹਾਨੂੰ ਇੱਕ ਰਿਪੋਰਟ ਦੇ ਜ਼ਰੀਏ ਦਿਖਾਵਾਂਗੇ ਕਿ ਆਖਿਰ ਕੀ ਹਾਲਾਤ ਨੇ ਔਰ ਕਿਉਂ ਜਿਹੜਾ ਲੁਧਿਆਣਾ ਸ਼ਹਿਰ ਜ਼ਿਆਦਾਤਰ ਜਿਹੜਾ ਪ੍ਰਦੂਸ਼ਿਤ ਦੇ ਵਜੋਂ ਜਿਹੜਾ ਜਾਣਿਆ ਜਾਣ ਲੱਗਿਆ, ਕਿਉਂਕਿ 10 ਟੌਪ ਸ਼ਹਿਰਾਂ ਦੀ ਸੂਚੀ ਦੇ ਵਿੱਚ ਲੁਧਿਆਣਾ ਦਾ ਜ਼ਿਕਰ ਕੀਤਾ ਗਿਆ। ਸਭ ਤੋਂ ਪਹਿਲਾਂ ਤਸਵੀਰਾਂ ਦਿਖਾਵਾਂਗੇ ਲੁਧਿਆਣਾ ਦੇ ਕੱਕੇ ਪਿੰਡ ਦੇ ਨਜ਼ਦੀਕ ਜਿਹੜੀਆਂ ਕੂੜੇ ਦੇ ਡੰਪ ਦੀਆਂ ਤਸਵੀਰਾਂ। ਇੱਥੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਸ਼ਹਿਰ ਦਾ ਕੂੜਾ ਹੈਗਾ ਉਹ ਸਿੱਟਿਆ ਜਾਂਦਾ ਹੈ, ਕਿਉਂਕਿ ਲੁਧਿਆਣਾ 50 ਲੱਖ ਦੀ ਆਬਾਦੀ ਦਾ ਸ਼ਹਿਰ ਮੰਨਿਆ ਜਾ ਰਿਹਾ, ਤਾਂ ਇੱਥੇ ਕੂੜੇ ਦੇ ਜਿਹੜੇ ਪਹਾੜ ਬਣੇ ਹੋਏ ਨੇ ਜਿਵੇਂ ਦਿੱਲੀ ਦੇ ਵਿੱਚ ਪਹਾੜ ਨੇ, ਉਸੇ ਤਰੀਕੇ ਦੇ ਨਾਲ ਇੱਥੇ ਕੂੜੇ ਦੇ ਪਹਾੜ ਬਣੇ ਹੋਏ ਨੇ। ਥਾਂ ਥਾਂ ਦੇਖ ਸਕਦੇ ਹੋ ਕਿ ਕੂੜਾ ਜਿਹੜਾ ਉਹ ਜ਼ਰੂਰ ਬਿਖਰਿਆ ਹੋਇਆ ਦਿਖਾਈ ਦੇ ਰਿਹਾ। ਹਾਲਾਂਕਿ ਇਸ ਨੂੰ ਲੈ ਕੇ ਜਿਹੜਾ NGT ਨੇ ਕੁਝ ਸਮੇਂ ਪਹਿਲਾਂ ਕਰੋੜਾਂ ਰੁਪਏ ਦਾ ਜੁਰਮਾਨਾ। ਲੁਧਿਆਣਾ ਦੇ ਵਿੱਚ ਚਾਰੇ ਪਾਸੇ ਫੈਕਟਰੀਆਂ ਨੇ, ਉਦਯੋਗ ਧੰਦੇ ਨੇ, ਹਰ ਪਾਸੇ ਕੰਸਟਰਕਸ਼ਨ ਜ਼ੋਰਾਂ ਤੇ ਹੈ। ਧੂੜ ਅਤੇ ਧੂੰਆਂ ਹਵਾ ਨੂੰ ਮਿਲ ਕੇ ਦੂਸ਼ਿਤ ਕਰ ਰਿਹਾ ਹੈ ਅਤੇ ਉਦਯੋਗਿਕ ਕਚਰਾ ਪਾਣੀ ਤੇ ਮਿੱਟੀ ਦੇ ਵਿੱਚ ਮਿਲ ਕੇ ਉਸ ਨੂੰ ਦੂਸ਼ਿਤ ਕਰ ਰਿਹਾ। ਗੱਲ ਸਿਰਫ ਲੁਧਿਆਣਾ ਦੀ ਨਹੀਂ ਹੈ, ਦੇਸ਼ ਦੇ 50 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚ ਪੰਜਾਬ ਦੇ 4 ਸ਼ਹਿਰ ਸ਼ਾਮਲ ਨੇ। ਰਿਪੋਰਟ ਦੇ ਵਿੱਚ ਸ਼ਾਮਲ ਪੰਜਾਬ ਦੇ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚ ਲੁਧਿਆਣਾ ਦੇ ਇਲਾਵਾ ਮੰਡੀ, ਗੋਬਿੰਦਗੜ੍ਹ, ਅੰਮ੍ਰਿਤਸਰ ਤੇ ਜਲੰਧਰ ਦਾ ਨਾਮ ਸ਼ਾਮਲ ਹੈ। ਜਲੰਧਰ ਨੂੰ ਸਮਾਰਟ ਸਿਟੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੇਂਦਰ ਵੱਲੋਂ ਇਸ ਦੇ ਲਈ ਪੈਸਾ ਵੀ ਲਾਇਆ ਗਿਆ। ਵੱਧ ਇਹਦਾ ਮੁੱਖ ਕਾਰਨ ਜਿਹੜਾ ਕਿ ਦੱਸਿਆ ਜਾ ਰਿਹਾ ਕਿ ਜਿਹੜੀ ਫੈਕਟਰੀ ਦੀ ਚਿਮਨੀ, ਦੂਜਾ ਜਲੰਧਰ ਸਮਾਰਟ ਸਿਟੀ ਦਾ ਜੀ ਜਿਹੜੇ ਪੈਸੇ ਤਾਂ ਆ ਰਹੇ ਆ, ਜਾਂ ਕਿਹਾ ਜਾ ਰਿਹਾ ਕਿ ਜਲੰਧਰ ਨੂੰ ਸਮਾਰਟ ਬਣਾਇਆ ਜਾਊਗਾ, ਲੇਕਿਨ ਹਾਲਾਤ ਹੈ ਕਿ ਹਰ ਇੱਕ ਦੂਜੇ ਚੌਂਕ ਵਿੱਚ ਤੁਹਾਨੂੰ ਕੂੜੇ ਦੇ ਜਿਹੜੇ ਕਿ ਡੰਪ ਦੇਖ, ਉਹ ਸ਼ਹਿਰ ਵੀ ਆ ਕਿਹਾ ਲੱਗੀ ਹੈ, ਅਤੇ ਹਰ ਕੋਈ ਹਰ ਆਪਣੀ ਆਪਣੀ ਗੱਡੀ ਤੋਂ ਜਿਹੜਾ ਕਿ ਘਰੋਂ ਬਾਹਰ ਨਿਕਲਦਾ ਵਾ, ਜਿਸ ਕਰਕੇ ਪ੍ਰਦੂਸ਼ਣ ਜਿਹੜਾ ਏਅਰ ਪੋਲਿਊਸ਼ਨ ਹੈ ਉਹ ਹਜੇ ਘੱਟ ਦੱਸਿਆ ਜਾ ਰਿਹਾ ਕਿ ਨੋਰਮਲ ਹੈ, ਲੇਕਿਨ ਓਵਰਆਲ ਜਿਹੜਾ ਕਿ ਪੋਲਿਊਸ਼ਨ ਹੈ ਉਹ ਬੋਇਆ ਵਾ। ਤੇਜ਼ ਗੱਡੀਆਂ ਦਾ ਕਾਫਲਾ ਪ੍ਰਦੂਸ਼ਣ ਨੂੰ ਵਧਾਵਾ ਦੇ ਰਿਹਾ ਹੈ ਅਤੇ ਕੰਸਟਰਕਸ਼ਨ ਸਾਈਟਾਂ ਤੋਂ ਉੱਡਣ ਵਾਲੀ ਧੂੜ ਮਿੱਟੀ ਹਵਾ ਨੂੰ ਗੰਧਲਾ ਕਰ ਰਹੀ ਹੈ। ਪ੍ਰਦੂਸ਼ਣ ਦੇ ਮਾਮਲੇ ਦੇ ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਲਿਸਟ ਦੇ ਵਿੱਚ ਸਭ ਤੋਂ ਉੱਪਰ ਹੈ ਤੇ ਪ੍ਰਦੂਸ਼ਣ ਇੰਨਾ ਜ਼ਿਆਦਾ ਹੈ ਕਿ ਇੱਥੋਂ ਦੀ ਹਵਾ ਦੇ ਵਿੱਚ ਸਾਹ ਲੈਣਾ ਵੀ ਮੁਸ਼ਕਿਲ ਹੈ। ਆਪਕੋ ਬਤਾ ਦੂੰ, P2.5 ਔਰ P ਜੋ ਕਿ ਹਵਾ ਗੁਣਵੱਤਾ ਕਾ ਬਤਾਤੇ ਹੈ ਅਨੁਸਾਰ, ਇਨ ਸ਼ਹਿਰੋਂ ਕੀ ਜੋ ਹਾਲਤ ਹੈ ਹਵਾ ਕੀ ਉਹ ਕਾਫੀ ਖਰਾਬ ਹੈ। ਯਹਾਂ ਆਮ ਜਨਜੀਵਨ ਕੋ ਸਾਥ ਲੈਣੇ ਮੇਂ ਦਿੱਕਤ ਔਰ ਮਸ਼ਕਤ ਕਾ ਸਾਹਮਣਾ ਕਰਨਾ ਪੜਤਾ ਹੈ। ਸਾਲ ਦਰ ਸਾਲ ਬੀਤੇ ਗਏ ਮਗਰ ਪ੍ਰਦੂਸ਼ਣ ਕੀ ਸਮੱਸਿਆ ਸੇ ਨਿਜ਼ਾਤ ਹਮੇ ਨਹੀਂ ਮਿਲ ਪਾ। ਪਾਰਟੀਕੁਲੇਟ ਮੈਟਰ PM10 ਦੇ ਕੰਸਨਟ੍ਰੇਸ਼ਨ ਦੇ ਆਧਾਰ ਤੇ ਸ਼ਹਿਰਾਂ ਦੀ ਰੈਂਕਿੰਗ ਕੀ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ, ਪਰ ਹੁਣ ਤੱਕ ਹਾਲਾਤ ਦੇ ਵਿੱਚ ਜ਼ਿਆਦਾ ਸੁਧਾਰ ਨਜ਼ਰ ਨਹੀਂ ਆ ਰਹੀ।
ਐਨਟ੍ਰੇਸ਼ਨ ਨੂੰ ਨਾਪਿਆ ਜਾਂਦਾ ਹੈ। ਸਵਾਲ ਉੱਠਦਾ ਹੈ ਕਿ ਪਾਰਟੀਕੂਲੇਟ ਮੈਟਰ ਕੀ ਹੈ ਅਤੇ ਕਿੰਨੇ ਪ੍ਰਕਾਰ ਦੇ ਹੁੰਦੇ ਨੇ। ਪਾਰਟੀਕਲਕਣਾਂ ਅਤੇ ਗੈਸਾਂ ਦਾ ਜਟਲ ਮਿਸ਼ਰਣ ਹੈ ਜੋ ਅਲੱਗ ਅਲੱਗ ਆਕਾਰ ਦਾ ਹੋ ਸਕਦਾ ਹੈ। ਮੈਟਰ ਨੂੰ PM 2.5 ਕਹਿੰਦੇ ਨੇ। ਇਸ ਨੂੰ ਸਮਝਣ ਦੇ ਲਈ ਇਨਸਾਨ ਹੈ। ਅਜਿਹੇ ਵਿੱਚ PM 10 ਦਾ ਆਕਾਰ ਬਲ ਦੇ ਡਾਇਆਮੀਟਰ ਦੇ ਕਰੀਬ 7ਵਾਂ ਹਿੱਸਾ ਹੋਵੇਗਾ ਅਤੇ PM 2.5 ਦਾ ਆਕਾਰ ਬਲ ਦੇ ਡਾਇਆਮੀਟਰ ਦਾ 20ਵਾਂ ਹਿੱਸਾ ਹੋਵੇਗਾ। ਇੰਨਾ ਛੋਟਾ ਕਣ ਨੱਕ ਅਤੇ ਮੂੰਹ ਦੇ ਰਸਤੇ ਆਸਾਨੀ ਦੇ ਨਾਲ ਇਨਸਾਨ ਦੇ ਅਤੇ ਬਿਮਾਰੀਆਂ PM 10 ਫੇਫੜਿਆਂ ਦੇ ਵਿੱਚ ਜਾ ਕੇ ਦਮੇ ਵਰਗੀਆਂ ਗੰਭੀਰ ਬਿਮਾਰੀਆਂ ਪੈਦਾ ਕਰ 2.5 ਪੈਦਾ ਕਿਵੇਂ ਹੁੰਦੇ ਨੇ। PM 10 ਕੰਸਟਰਕਸ਼ਨ ਸਾਈਟ ਤੋਂ ਛੋਟੇ ਛੋਟੇ ਧੂੜ ਉੱਥੇ ਹੀ PM 2.5 ਪੈਟਰੋਲ ਡੀਜ਼ਲ ਅਤੇ ਲੱਕੜੀ ਦੇ ਬਲਨ ਦੇ ਨਾਲ ਪੈਦਾ ਹੁੰਦਾ। ਇਹ ਕਣ ਹਵਾ ਵਿੱਚ ਨਾ ਹੋਣ ਤਾਂ ਬਿਹਤਰ ਹੈ, ਪਰ ਅਜਿਹਾ ਸੰਭਵ ਨਹੀਂ। ਅਜਿਹੇ ਵਿੱਚ ਹਵਾ ਦੀ ਗੁਣਵੱਤਾ ਮਾਪਣ ਦੇ ਲਈ ਹਵਾ ਵਿੱਚ ਪ੍ਰਤੀ ਘਣ ਮੀਟਰ PM 10 ਦੀ ਮੌਜੂਦਗੀ ਦਾ ਆਧਾਰ ਬਣਾਇਆ ਜਾਂਦਾ ਹੈ। ਜੇਕਰ ਹਵਾ ਦੇ ਵਿੱਚ PM 10 ਦਾ ਕੰਸਨਟ੍ਰੇਸ਼ਨ 0 to 54 ਮਾਈਕਰੋਗ੍ਰਾਮ ਪ੍ਰਤੀ ਘਣ ਮੀਟਰ ਹੈ ਤਾਂ ਹਵਾ ਨੂੰ ਬਿਹਤਰ ਮੰਨਿਆ ਜਾਂਦਾ ਹੈ, ਅਤੇ ਜੇਕਰ PM 10 ਦਾ ਕੰਸਨਟ੍ਰੇਸ਼ਨ 55 to 154 ਮਾਈਕਰੋਗ੍ਰਾਮ ਪ੍ਰਤੀ ਘਣ ਮੀਟਰ ਹੈ ਤਾਂ ਹਵਾ ਨੂੰ ਔਸਤ ਦਰਜੇ ਦੀ ਮੰਨਿਆ ਜਾਂਦਾ ਹੈ, ਅਤੇ ਜੇਕਰ ਇਸ ਤੋਂ ਜ਼ਿਆਦਾ ਹੈ ਤਾਂ ਫਿਰ ਹਵਾ ਨੂੰ ਖਤਰਨਾਕ ਮੰਨਿਆ ਜਾਂਦਾ ਹੈ। ਲੁਧਿਆਣਾ ਦੀ ਗੱਲ ਕਰੀਏ ਤਾਂ ਇੱਥੇ ਸਾਲ 2023-24 ਦੇ ਵਿੱਚ ਔਸਤ PM 10 ਕੰਸਨਟ੍ਰੇਸ਼ਨ 161 ਮਾਈਕਰੋਗ੍ਰਾਮ ਪ੍ਰਤੀ ਘਣ ਮੀਟਰ ਰਿਕਾਰਡ ਕੀਤਾ ਗਿਆ, ਜੋ ਹਵਾ ਦੀ ਖਰਾਬ ਗੁਣਵੱਤਾ ਨੂੰ ਦੱਸਦਾ ਹੈ। ਸ਼ਹਿਰ ਦਾ ਬੁੱਢਾ ਨਾਲਾ ਸ਼ਹਿਰ ਦੇ ਪ੍ਰਦੂਸ਼ਣ ਦੀ ਕਹਾਣੀ ਨੂੰ ਬਿਆਨ ਕਰ ਰਿਹਾ ਹੈ, ਜਿੱਥੇ ਸ਼ਹਿਰ ਦੀ ਗੰਦਗੀ ਵਹਿੰਦੀ ਹੈ ਅਤੇ ਸ਼ਹਿਰ ਨੂੰ ਬਿਮਾਰ ਕਰਦੀ ਹੈ। ਲੁਧਿਆਣਾ ਦੇ ਬੁੱਢੇ ਨਾਲੇ ਤੇ ਮੌਜੂਦ ਹਾਂ, ਜਿਸ ਦਾ ਜ਼ਿਕਰ ਹੁੰਦਾ ਹੈ, ਕਿਉਂਕਿ ਇਹਦੇ ਨਾਲ ਉਹ ਪੈਦਾ ਹੋ ਰਹੀਆਂ ਨੇ, ਕਿਉਂਕਿ ਸਤਲੁਜ ਦਰਿਆ ਦੇ ਵਿੱਚ ਇਹੀ ਬੁੱਢਾ ਨਾਲਾ ਜਿਹੜਾ ਜਾ ਕੇ ਮਿਲਦਾ ਹੈ। ਤਾਂ ਜਿਹੜਾ ਗੰਦਾ ਕੈਪਟਨ ਸਰਕਾਰ ਦੇ ਸਮੇਂ ਪਾਸ ਹੋਇਆ ਸੀ ਇਸ ਬੁੱਢੇ ਨਾਲੇ ਨੂੰ ਸਾਫ਼ ਕਰਨ ਦੇ ਲਈ, ਪਰ ਹਾਲਾਤ ਪਾਣੀ ਜਿਹੜਾ ਇਸ ਦੇ ਵਿੱਚ ਪਾਇਆ ਜਾ ਰਿਹਾ ਹੈ, ਔਰ ਵਾਟਰ ਟਰੀਟਮੈਂਟ ਪਲਾਂਟ ਤੋਂ ਇਹ ਜਿਹੜਾ ਪਾਣੀ ਟਰੀਟ ਹੋ ਕੇ ਜਿਹੜਾ ਇੱਥੇ ਸਿੱਟਿਆ ਜਾ ਰਿਹਾ, ਪਰ ਦੇਖ ਸਕਦੇ ਹੋ ਪਾਣੀ ਦੇ ਵਿੱਚ ਸਰਫ ਨੁਮਾ ਚੀਜ਼ ਜਿਹੜੀ ਹੈ, ਕੈਮੀਕਲ ਯੁਕਤ ਜਿਹੜਾ ਪਾਣੀ ਹੈ ਉਹ ਜ਼ਰੂਰ ਦੇਖਿਆ ਜਾ ਸਕਦਾ ਹੈ। ਕਿਉਂਕਿ ਲਗਾਤਾਰ ਇਸ ਨੂੰ ਕਿਹਾ ਜਾ ਰਿਹਾ ਕਿ ਬੁੱਢੇ ਨਾਲੇ ਨੂੰ ਸਾਫ਼ ਕਰਨ ਦੇ ਜਿਹੜੇ ਯਤਨ ਕੀਤੇ ਜਾ ਰਹੇ ਨੇ, 650 ਕਰੋੜ ਰੁਪਇਆ ਲਗਾਇਆ ਵੀ ਗਿਆ ਇਸ ਦੇ ਉੱਤੇ, ਖਰਚ ਵੀ ਹੋ ਚੁੱਕਿਆ। ਜਿਹੜੀ ਹੁਣ ਵਿਧਾਨ ਸਭਾ ਕਮੇਟੀ ਦੀ ਬੈਠਕ ਹੋਈ ਸੀ ਉਸ ਦੇ ਵਿੱਚ ਜ਼ਿਕਰ ਹੋਇਆ ਸੀ ਕਿ ਹੁਣ ਇਹਨਾਂ ਪੈਸਿਆਂ ਦੀ ਜਾਂਚ ਹੋਵੇਗੀ, ਆਖਿਰ ਇਹ ਪੈਸਾ ਜਿਹੜਾ ਲਗਾਇਆ ਕਿੱਥੇ ਗਿਆ। ਪਰ ਦੂਸਰੇ ਪਾਸੇ ਚਿਮਨੀਆਂ 'ਚੋਂ ਨਿਕਲਦਾ ਧੂੰਆਂ, ਉਹ ਵੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ, ਕਿਉਂਕਿ ਡਾਇੰਗ ਯੂਨਿਟ ਇੱਥੇ ਹੈਗੇ ਨੇ, ਫੈਕਟਰੀਆਂ ਹੈਗੀਆਂ ਨੇ, ਉਸ ਦਾ ਜਿਹੜਾ ਨਿਕਲਦਾ ਧੂੰਆਂ ਉਹ ਵੀ ਕਿਤੇ ਨਾ ਕਿਤੇ ਕਾਰਨ ਹੈ। ਕਿਉਂਕਿ 10 top 10 ਦੀ ਸੂਚੀ ਦੇ ਵਿੱਚ ਲੁਧਿਆਣਾ ਦਾ ਜ਼ਿਕਰ ਆਇਆ, ਤਾਂ ਲੁਧਿਆਣਾ ਜਿਹੜਾ 10ਵੇਂ ਨੰਬਰ 'ਤੇ ਹੈ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚੋਂ। ਤਾਂ ਟ੍ਰੈਫਿਕ ਦੀ ਸਮੱਸਿਆ ਤੋਂ ਇਲਾਵਾ ਗੱਲ ਕਰੀਏ ਤਾਂ ਫੈਕਟਰੀਆਂ ਦਾ ਵੀ ਕਾਰਨ ਜਿਹੜਾ ਉਹ ਦੱਸਿਆ ਜਾ ਰਿਹਾ। ਕੈਮੀਕਲ ਵਾਲਾ ਗੰਦਾ ਪਾਣੀ ਅੰਡਰਗਰਾਊਂਡ ਵਾਟਰ ਨੂੰ ਦੂਸ਼ਿਤ ਕਰ ਰਿਹਾ ਹੈ। ਇਹਦਾ ਮੇਨ ਕਾਰਨ ਪਾਪੂਲੇਸ਼ਨ, ਦੇਖੋ ਅੱਜ ਇਹਦਾ ਇਹ ਹੈ ਜਿੰਨੀ ਵਧੀ ਹੈ, ਅੱਜ ਇੱਕ ਘਰ ਦੇ ਵਿੱਚ 4 ਗੱਡੀਆਂ, ਤੁਹਾਡੇ ਘਰ ਵੀ 4 ਬਾਈਕ 4 ਗੱਡੀਆਂ ਹੋਣ, ਮੇਰੇ ਘਰ ਵੀ 4 ਬਾਈਕ 4 ਗੱਡੀਆਂ ਹੋਣਗੀਆਂ, ਇਹ ਮੁੜ ਦੇ ਵਿੱਚ ਰਜਿਸਟਰਡ ਹੈ। ਉਹ ਇੰਡਸਟਰੀ ਦੇ ਨਹੀਂ ਪੋਲਿਊਸ਼ਨ ਖਰਾਬ ਕਰਦੀ, ਉਹ ਪੂਰੀ ਚਾਹੇ ਮੋੜ ਬਾਰ ਬਾਰ ਚੈਕਿੰਗ ਕਰਦਾ ਰਹਿੰਦਾ, ਸੈਂਟਰ CPCB ਵੀ ਚੈਕਿੰਗ ਕਰਦਾ ਰਹਿੰਦਾ, PPCB ਵੀ ਚੈਕਿੰਗ ਕਰਦਾ ਰਹਿੰਦਾ। ਲੁਧਿਆਣਾ ਦੇ ਵਿੱਚ ਪ੍ਰਦੂਸ਼ਣ ਦਾ ਵਾਧਾ ਹੋਇਆ ਪੱਧਰ ਸ਼ਹਿਰ ਨੂੰ ਬਿਮਾਰ ਬਣਾ ਰਿਹਾ ਹੈ, ਸ਼ਹਿਰ ਦੇ ਲੋਕ ਬਿਮਾਰੀ ਦੀ ਚਪੇਟ ਦੇ ਵਿੱਚ ਆ ਰਹੇ ਨੇ, ਇਸ ਦੇ ਲਈ ਸਭ ਨੂੰ ਸੋਚਣ ਦੀ ਜ਼ਰੂਰਤ ਹੈ। ਲੁਧਿਆਣਾ ਦੇਸ਼ ਦੇ 10 ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਦੇ ਵਿੱਚ ਸ਼ਾਮਲ ਹੈ। ਦੇਸ਼ ਵਿੱਚ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦਿੱਲੀ ਦੀ ਇਸ ਦੇ ਨਾਲ ਤੁਲਨਾ ਕਰੀਏ ਤਾਂ ਪਤਾ ਲੱਗੇਗਾ
ਕਿ ਲੁਧਿਆਣਾ ਦੇ ਵਿੱਚ PM10 ਦਾ ਪੱਧਰ 161 ਮਾਈਕਰੋਗ੍ਰਾਮ ਪ੍ਰਤੀ ਘਣ ਮੀਟਰ ਹੈ, ਜਦਕਿ ਦਿੱਲੀ ਦੇ ਵਿੱਚ PM10 ਦਾ ਕੰਸੈਂਟ੍ਰੇਸ਼ਨ 208 ਮਾਈਕਰੋਗ੍ਰਾਮ ਪ੍ਰਤੀ ਘਣ ਮੀਟਰ ਹੈ। ਪ੍ਰਦੂਸ਼ਣ ਦੇ ਮਾਮਲੇ ਦੇ ਵਿੱਚ ਦੇਸ਼ ਵਿੱਚ ਦੂਜੇ ਨੰਬਰ ਤੇ ਮੌਜੂਦ ਫਰੀਦਾਬਾਦ ਵਿੱਚ PM10 ਦਾ ਪੱਧਰ 190 ਮਾਈਕਰੋਗ੍ਰਾਮ ਪ੍ਰਤੀ ਘਣ ਮੀਟਰ ਹੈ ਅਤੇ ਨੋਇਡਾ ਪੰਜਾਬ ਦੇ ਦੂਜੇ ਪ੍ਰਦੂਸ਼ਿਤ ਸ਼ਹਿਰਾਂ ਦੇ ਨਾਲ ਕਰੀਏ ਤਾਂ ਪਤਾ ਲੱਗੇਗਾ ਕਿ ਮੰਡੀ ਗੋਬਿੰਦਗੜ੍ਹ ਦੇ ਵਿੱਚ ਔਸਤ PM10 ਦਾ ਪੱਧਰ 126 ਮਾਈਕਰੋਗ੍ਰਾਮ ਪ੍ਰਤੀ ਘਣ ਮੀਟਰ ਹੈ ਅਤੇ ਅੰਮ੍ਰਿਤਸਰ ਦੇ ਵਿੱਚ 119 ਮਾਈਕਰੋਗ੍ਰਾਮ ਪ੍ਰਤੀ ਘਣ ਮੀਟਰ ਹੈ। ਜਲੰਧਰ ਦੇ ਵਿੱਚ 111 ਮਾਈਕਰੋਗ੍ਰਾਮ ਪ੍ਰਤੀ ਘਣ ਮੀਟਰ ਹੈ। ਪ੍ਰਦੂਸ਼ਣ ਦੇ ਚੱਲਦੇ ਸ਼ਹਿਰ ਦੇ ਕਈ ਇਲਾਕਿਆਂ ਦੇ ਵਿੱਚ ਜ਼ਮੀਨ ਹੇਠਲਾ ਪਾਣੀ ਪੀਣ ਦੇ ਲਾਇਕ ਨਹੀਂ ਰਹਿ ਗਿਆ। ਇਸ ਇਲਾਕੇ ਦੇ ਵਿੱਚ ਜਿਹੜਾ ਪਾਣੀ ਆ ਉਹ ਪੀਣ ਯੋਗ ਨਹੀਂ ਹੈ। ਕਈ ਵਾਰ ਸੈਂਪਲ ਲਏ ਗਏ ਨੇ ਔਰ ਪਾਣੀ ਦੇ ਜਿਹੜੇ ਸੈਂਪਲ ਆ ਉਹ ਫੇਲ ਜ਼ਰੂਰ ਹੋਏ ਨੇ। ਕਾਰਨ ਇੱਕੋ ਇੱਕ ਹੈ ਕਿ ਬੁੱਢੇ ਨਾਲੇ ਦੇ ਵਿੱਚ ਜਿਹੜਾ ਵਗਦਾ ਗੰਦਾ ਪਾਣੀ ਤਾਂ ਦੂਸਰੇ ਪਾਸੇ ਕੂੜੇ ਦਾ ਡੰਪ ਤਾਂ ਤੀਸਰੇ ਪਾਸੇ ਇੱਥੇ ਫੈਕਟਰੀਆਂ ਵਾਲਾ ਏਰੀਆ, ਤਾਂ ਇਹ ਵੀ ਕਾਰਨ ਨੇ ਜਿਹੜਾ ਪਾਣੀ ਦੇ ਸੈਂਪਲ ਫੇਲ ਹੋਏ ਨੇ। ਪਾਣੀ ਪੀਣ ਯੋਗ ਇਸ ਇਲਾਕੇ ਦਾ ਨਹੀਂ, ਪਰ ਅਗਰ ਸ਼ਹਿਰੀ ਇਲਾਕੇ ਦੀ ਗੱਲ ਕਰੀਏ ਤਾਂ ਟ੍ਰੈਫਿਕ ਦੀ ਸਮੱਸਿਆ ਹੈ। ਦੂਸਰੇ ਪਾਸੇ ਇਹਨਾਂ ਇੰਡਸਟਰੀ ਅਤੇ ਬੁੱਢੇ ਨਾਲੇ ਦਾ ਕਰਕੇ ਵੀ ਜਿਹੜਾ ਕਾਰਨ ਆ ਉਹ ਮੰਨਿਆ ਜਾ ਸਕਦਾ। ਗਲਤੀ ਕਿਸ ਦੀ ਹੈ ਅਤੇ ਉਸ ਗਲਤੀ ਦਾ ਖਮਿਆਜ਼ਾ ਕੋਈ ਹੋਰ ਭੁਗਤ ਰਿਹਾ ਹੈ? ਲੋਕ ਇਸ 'ਤੇ ਸਖ਼ਤ ਕਾਨੂੰਨ ਦੀ ਪੈਰਵੀ ਕਰ ਰਹੇ ਨੇ। ਪੀਣ ਯੋਗ ਪਾਣੀ ਦੇ ਦੇਖੋ, ਇਹ 'ਚ ਪੀਣ ਯੋਗ ਪਾਣੀ ਦੇ ਵਿੱਚ ਅਸੀਂ ਗਰਾਊਂਡ ਵਾਟਰ ਨਹੀਂ ਕਦੇ ਗੰਦਾ ਕੀਤਾ। ਪੀਣ ਯੋਗ ਪਾਣੀ ਦੇ ਵਿੱਚ ਬਹੁਤ ਇੰਡਸਟਰੀ ਇੱਦਾਂ ਦੀ ਵੀ ਹੈਗੀ ਜਿਹੜੀ ਪਲਾਂਟੇਸ਼ਨ 'ਤੇ ਚੱਲਦੀ ਹੈ, ਜਿਹੜੇ ਡਾਇਰੈਕਟ ਧਰਤੀ 'ਚ ਪਾਣੀ ਪਾਈ ਜਾਂਦੇ ਆ। ਉਹ CPC ਨੂੰ ਮੈਂ ਰਿਕੁਐਸਟ ਕਰੂੰਗਾ, PPC ਨੂੰ ਵੀ ਰਿਕੁਐਸਟ ਕਰੂੰਗਾ ਕਿ ਜਿਹੜੇ ਪਲਾਂਟੇਸ਼ਨ ਦੇ ਜਿਹੜੇ ਬੂਟਿਆਂ ਨੂੰ ਜਿਹੜੇ ਸ਼ਹਿਰ ਦੇ ਬਾਹਰ ਯੂਨਿਟ ਲੱਗੇ ਆ ਉਹਨਾਂ ਦੀ ਵੀ ਚੈਕਿੰਗ ਕੀਤੀ ਜਾਵੇ। ਐਕਚੁਅਲੀ ਕੀ ਆ, ਇੱਥੇ 2 ਕਾਨੂੰਨ ਆ ਜੀ। ਜੇ ਸਾਡੇ ਕੋਲ ਜਿੰਨੀ ਮੇਰੇ ਕੋਲ ਮੈਂਬਰਸ਼ਿਪ ਹੈ, ਮੈਂ ਉਹ ਤੋਂ ਬਾਅਦ ਮਸ਼ੀਨਰੀ ਨਹੀਂ ਲਾ ਸਕਦਾ। ਜਿੰਨੇ ਯੂਨਿਟ ਪਲਾਂਟੇਸ਼ਨ ਦੇ ਆ ਉਹ ਯੂਨਿਟਾਂ ਦੇ ਵਿੱਚ ਮਸ਼ੀਨਰੀ ਜਿਹੜੀ ਲੱਗੀ ਹੈ, ਜੇ ਕਿਸੇ ਕੋਲ 2 ਲੱਖ ਦੀ ਪਰਮਿਸ਼ਨ ਹੈ ਤਾਂ 10 ਲੱਖ ਲੀਟਰ ਪਾਣੀ ਲੱਗਦਾ। ਲੁਧਿਆਣਾ ਤੋਂ ਕਰੀਬ 100 ਕਿਲੋਮੀਟਰ ਦੂਰ ਪੈਂਦੇ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦੀ ਆਬੋ ਹਵਾ ਓਨੀ ਖਰਾਬ ਨਹੀਂ ਹੈ। ਜਿੱਥੇ ਲੁਧਿਆਣਾ ਦੇ ਵਿੱਚ ਪਿਛਲੇ 24 ਘੰਟੇ ਵਿੱਚ ਵੱਧੋ ਵੱਧ PM10 ਦਾ ਪੱਧਰ 123 ਦਰਜ ਕੀਤਾ ਗਿਆ ਅਤੇ ਘੱਟੋ ਘੱਟ 91 ਦਰਜ ਕੀਤਾ ਗਿਆ, ਉੱਥੇ ਚੰਡੀਗੜ੍ਹ ਵਿੱਚ ਪਿਛਲੇ 24 ਘੰਟੇ ਦੇ ਵਿੱਚ PM10 ਦਾ ਵੱਧੋ ਵੱਧ ਪੱਧਰ 80 ਰਿਹਾ, ਜੋ ਕਿ ਲੁਧਿਆਣਾ ਦੇ ਘੱਟੋ ਘੱਟ ਪੱਧਰ ਤੋਂ ਵੀ ਘੱਟ ਹੈ। ਹੁਣ ਇੱਕ ਨਜ਼ਰ ਪਾਉਂਦਿਆਂ ਦੱਖਣ ਭਾਰਤ ਦੇ ਸ਼ਹਿਰਾਂ 'ਤੇ। ਤੇਲੰਗਾਨਾ ਦੇ ਹੈਦਰਾਬਾਦ ਦੇ ਵਿੱਚ ਪਿਛਲੇ 24 ਘੰਟੇ ਦੇ ਵਿੱਚ PM10 ਦਾ ਪੱਧਰ 90 ਦੇ ਕਰੀਬ ਰਿਹਾ, ਜੋ ਕਿ ਲੁਧਿਆਣਾ ਦੇ ਘੱਟੋ ਘੱਟ ਪੱਧਰ ਦੇ ਬਰਾਬਰ ਹੈ। ਚੇਨਈ ਦੇ ਵਿੱਚ PM10 ਦਾ ਵੱਧੋ ਵੱਧ ਪੱਧਰ 119 ਅਤੇ ਘੱਟੋ ਘੱਟ ਪੱਧਰ 49 ਰਿਹਾ। ਪ੍ਰਦੂਸ਼ਣ ਦੇ ਮਾਮਲੇ ਦੇ ਵਿੱਚ ਸ਼੍ਰੀਨਗਰ ਦੀ ਸਥਿਤੀ ਸਭ ਤੋਂ ਬਿਹਤਰ ਹੈ। ਇੱਥੇ ਪਿਛਲੇ 24 ਘੰਟੇ ਦੇ ਵਿੱਚ ਔਸਤ PM10 ਦਾ ਪੱਧਰ 45 ਤੱਕ ਰਿਹਾ। PM2.5 ਅਤੇ PM10 ਦੋਵਾਂ ਦੇ ਕਣ ਇੰਨੇ ਛੋਟੇ ਹੁੰਦੇ ਨੇ ਕਿ ਅਸੀਂ ਇਸ ਨੂੰ ਖੁੱਲ੍ਹੀਆਂ ਅੱਖਾਂ ਦੇ ਨਾਲ ਨਹੀਂ ਦੇਖ ਸਕਦੇ। ਇਹ ਗੈਸ ਦੇ ਰੂਪ ਦੇ ਵਿੱਚ ਕੰਮ ਕਰਦੇ ਨੇ ਅਤੇ ਜਦੋਂ ਅਸੀਂ ਸਾਹ ਲੈਂਦੇ ਹਾਂ ਤਾਂ ਫੇਫੜਿਆਂ ਦੇ ਵਿੱਚ ਚਲੇ ਜਾਂਦੇ ਨੇ। ਇਸ ਦੇ ਨਾਲ ਖੰਘ ਅਤੇ ਦਮੇ ਤੱਕ ਦੇ ਦੌਰੇ ਪੈਂਦੇ ਨੇ। ਇਸ ਦੇ ਨਾਲ ਹਾਈ ਬਲੱਡ ਪ੍ਰੈਸ਼ਰ, ਦਿਲ ਦਾ ਦੌਰਾ ਅਤੇ ਸਟ੍ਰੋਕ ਵਰਗੀਆਂ ਗੰਭੀਰ ਬਿਮਾਰੀਆਂ ਦਾ ਖਤਰਾ ਪੈਦਾ ਹੁੰਦਾ ਹੈ। ਜਦੋਂ PM2.5 ਦਾ ਪੱਧਰ ਜ਼ਿਆਦਾ ਹੁੰਦਾ ਹੈ ਤਾਂ ਇਸ ਦੇ ਨਾਲ ਧੁੰਦ ਵੱਧਦੀ ਹੈ। ਇਹਨਾਂ ਕਣਾਂ ਦਾ ਹਵਾ ਦੇ ਵਿੱਚ ਪੱਧਰ ਵਧਣ ਦੇ ਨਾਲ ਸਭ ਤੋਂ ਬੁਰਾ ਅਸਰ ਬੱਚਿਆਂ ਅਤੇ ਬਜ਼ੁਰਗਾਂ 'ਤੇ ਪੈਂਦਾ ਹੈ। ਟ੍ਰਾਂਸਪੋਰਟੇਸ਼ਨ ਦਾ ਇਸਤੇਮਾਲ ਕੀਤਾ ਜਾਵੇ ਅਤੇ ਜਿਹੜਾ ਪੋਲਿਊਸ਼ਨ ਬੋਰਡ ਹੈ ਉਹ ਵੀ ਜਿਹੜਾ ਕਿ ਫੈਕਟਰੀਆਂ ਨੂੰ ਸਖ਼ਤ ਹਦਾਇਤਾਂ ਦਿੰਦਾ ਹੈ, ਲੇਕਿਨ ਉਸ ਤੋਂ ਬਾਵਜੂਦ ਵੀ ਕਈ ਫੈਕਟਰੀਆਂ ਜਿਹੜੀ ਕਿ ਆ ਉਹ ਹਦਾਇਤਾਂ ਦਾ ਪਾਲਣ ਨਹੀਂ ਕਰਦੀਆਂ ਅਤੇ ਉਹਨਾਂ ਦੀਆਂ ਚਿਮਨੀਆਂ 'ਚੋਂ ਕਾਲੇ ਧੂੰਏ ਜਿਹੜੇ ਕਿ ਨਿਕਲਦੇ ਪਏ ਆ, ਜਿੰਨਾ ਪ੍ਰਦੂਸ਼ਣ ਬਹੁਤ ਜ਼ਿਆਦਾ ਫੈਲਦਾ ਪਿਆ। ਹਾਲਾਤ ਇਹ ਹੋ ਚੁੱਕੇ ਆ ਕਿ ਜਿਹੜੀ 50 ਸ਼ਹਿਰਾਂ ਦੀ ਲਿਸਟ ਜਾਰੀ ਹੋਈ ਆ ਉਹਦੇ ਵਿੱਚ ਜਲੰਧਰ ਸ਼ਹਿਰ ਦਾ ਨਾਮ ਵੀ ਹੁਣ ਸ਼ਾਮਿਲ ਹੋ ਚੁੱਕਾ ਵੈ। ਤੇ ਦੂਜੇ ਪਾਸੇ ਹੁਣ ਇਹ ਸਮਾਰਟ ਸਿਟੀ ਦੀ ਵੀ ਗੱਲ ਕਰ ਲਈਏ ਤੇ ਨਾ ਹੀ ਅੱਛੀ ਤਰ੍ਹਾਂ ਜਿਹੜੀ ਡੰਪਿੰਗ ਹੋ ਰਹੀ ਹੈ ਤੇ ਹੋਰ ਵੀ ਚੀਜ਼ਾਂ ਜਿਹੜਾ ਕੀ ਹੈ ਧਿਆਨ ਨਹੀਂ ਰੱਖਿਆ ਜਾ ਰਿਹਾ, ਜਿਸ ਕਰਕੇ ਲੋਕੀ ਜਿਹੜਾ ਕਿ ਕੂੜੇ ਨੂੰ ਅੱਗ ਲਾ ਦਿੰਦੇ ਤੇ ਉਹ ਵੀ ਜਿਹੜਾ ਕਿ ਇੱਕ ਪ੍ਰਦੂਸ਼ਣ ਦਾ ਵੱਡਾ ਕਾਰਨ ਬਣਦਾ ਜਾ ਰਿਹਾ। ਜੇ ਏਦਾਂ ਹੀ ਹਾਲਾਤ ਰਹੇ ਤੇ ਆਉਣ ਵਾਲੇ ਦਿਨਾਂ 'ਚ ਲੋਕਾਂ ਨੂੰ ਸਾਹ ਲੈਣ 'ਚ ਵੀ ਜਿਹੜੇ ਕੀ ਹੈ
ਬਹੁਤ ਜ਼ਿਆਦਾ ਦਿੱਕਤ ਦਾ ਸਾਹਮਣਾ ਜਿਹੜਾ ਕਿ ਹੈ ਕਰਨਾ ਪਊਗਾ। ਹਵਾ ਦੀ ਗੁਣਵੱਤਾ ਸੁਧਾਰਨ ਦੇ ਲਈ ਸਰਕਾਰ ਵੱਡੇ ਪੈਮਾਨੇ ਤੇ ਪੈਸਾ ਖਰਚ ਕਰ ਰਹੀ ਹੈ। ਸਿਟੀ ਐਕਸ਼ਨ ਪਲਾਨ ਦੇ ਤਹਿਤ 131 ਸ਼ਹਿਰਾਂ ਦੇ ਲਈ 11,211 ਕਰੋੜ ਰੁਪਏ ਜਾਰੀ ਕੀਤੇ ਗਏ ਨੇ, ਜਿਸ ਦਾ ਕੁਝ ਅਸਰ ਵੀ ਦਿਖਾਈ ਦੇ ਰਿਹਾ ਹੈ। 131 ਦੇ ਵਿੱਚੋਂ 91 ਸ਼ਹਿਰਾਂ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ, ਪਰ ਹਾਲੇ ਹੋਰ ਬਹੁਤ ਕੋਸ਼ਿਸ਼ਾਂ ਕੀਤੇ ਜਾਣ ਦੀ ਜ਼ਰੂਰਤ ਹੈ। ਸਰਕਾਰ ਲਗਾਤਾਰ ਕੋਸ਼ਿਸ਼ ਕਰਤੇ ਆਈ ਹੈ। ਸ਼ਾਸਨ ਪ੍ਰਸ਼ਾਸਨ ਪਰ ਆਰੋਪ ਪ੍ਰਤਿਆਰੋਪ ਕਾ ਸਵਾਲ ਹਮੇਸ਼ਾ ਖੜਾ ਹੋਤੇ ਆਇਆ ਹੈ, ਮਗਰ ਪ੍ਰਦੂਸ਼ਣ ਕੀ ਸਮੱਸਿਆ ਸੇ ਨਿਜ਼ਾਤ ਅਬ ਤੱਕ ਨਹੀਂ ਮਿਲ ਪਾਇਆ ਹੈ। ਯੇ ਨਿਜ਼ਾਤ ਕਬ ਮਿਲੇਗਾ, ਇਹ ਬਹੁਤ ਬੜਾ ਸਵਾਲ ਹੈ। ਇਸ ਮੁਸ਼ਕਿਲ ਸਮੱਸਿਆ ਕਾ ਹੱਲ ਕਬ ਨਿਕਲੇਗਾ, ਇਹ ਵੀ ਇੱਕ ਬਹੁਤ ਬੜਾ ਸਵਾਲ ਹੈ। ਸ਼ਾਇਦ ਆਜ ਨਹੀਂ ਨਿਕਲੇਗਾ ਤੋ ਕੱਲ ਨਿਕਲੇਗਾ, ਮਗਰ ਹੱਲ ਜ਼ਰੂਰ ਨਿਕਲੇਗਾ। ਕੋਸ਼ਿਸ਼ ਕਰਨੀ ਹੋਗੀ ਹਮੇ ਔਰ ਆਪਕੋ ਕਿ ਹਮ ਔਰ ਆਪ ਮਿਲਕਰ ਆਪਣੇ ਵਾਤਾਵਰਣ ਕੋ ਔਰ ਪ੍ਰਦੂਸ਼ਿਤ ਹੋਣੇ ਸੇ ਰੋਕ ਸਕੇ। ਪ੍ਰਦੂਸ਼ਣ ਦੀ ਸਮੱਸਿਆ ਵਿਸ਼ਵ ਵਿਆਪੀ ਹੈ। ਲੋਕਾਂ ਦੀ ਸਿਹਤ ਦੇ ਲਈ ਸਭ ਤੋਂ ਵੱਡਾ ਖਤਰਾ ਚੌਗਿਰਦੇ ਦੇ ਨਾਲ ਜੁੜਿਆ ਹੈ, ਜਿਸ ਦੇ ਚੱਲਦੇ ਦੁਨੀਆ ਭਰ ਦੇ ਵਿੱਚ ਹਰ ਸਾਲ ਕਰੀਬ 70 ਲੱਖ ਬੱਚੇ ਵੱਡੇ ਹੋਣ ਤੋਂ ਪਹਿਲਾਂ ਹੀ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਨੇ। ਸਾਲ 2019 ਦੇ ਵਿੱਚ 40 ਲੱਖ ਲੋਕ ਖਰਾਬ ਹਵਾ ਦੀ ਵਜ੍ਹਾ ਦੇ ਨਾਲ ਇਸ ਫਾਨੀ ਸੰਸਾਰ ਤੋਂ ਚਲੇ ਗਏ, ਜਿਸ ਵਿੱਚ ਪੂਰਬ ਏਸ਼ੀਆ ਅਤੇ ਮੱਧ ਯੂਰਪ ਦੇ ਲੋਕਾਂ ਦੀ ਸੰਖਿਆ ਸਭ ਤੋਂ ਜ਼ਿਆਦਾ ਹੈ। ਹਵਾ ਪ੍ਰਦੂਸ਼ਣ ਅਤੇ ਜਲਵਾਯੂ ਪਰਿਵਰਤਨ ਆਪਸ ਦੇ ਵਿੱਚ ਜੁੜੇ ਹੋਏ ਨੇ। ਪ੍ਰਦੂਸ਼ਣ ਦੇ ਲਈ ਜ਼ਿੰਮੇਵਾਰ ਕਾਰਕਾਂ ਦਾ ਜਲਵਾਯੂ ਪਰਿਵਰਤਨ 'ਤੇ ਸਿੱਧਾ ਅਸਰ ਹੁੰਦਾ ਹੈ। ਇਸ ਵਿੱਚ ਗ੍ਰੀਨ ਹਾਊਸ ਗੈਸ ਸਭ ਤੋਂ ਪ੍ਰਮੁੱਖ ਹੈ। ਗੁਣਵੱਤਾਪੂਰਨ ਹਵਾ ਦੇ ਨਾਲ ਲੋਕਾਂ ਦੀ ਸਿਹਤ ਵੀ ਬਿਹਤਰ ਹੋਵੇਗੀ ਅਤੇ ਵਿਕਾਸ ਵੀ ਹੋਵੇਗਾ, ਪਰ ਦੁਨੀਆ ਦੀ 99% ਆਬਾਦੀ ਨੂੰ ਗੁਣਵੱਤਾਪੂਰਨ ਹਵਾ ਨਹੀਂ ਮਿਲ ਰਹੀ। ਸਥਿਤੀ ਬਿਹਤਰ ਹੋਵੇ ਇਸ ਦੇ ਲਈ ਨਾ ਸਿਰਫ ਸਰਕਾਰੀ ਪੱਧਰ 'ਤੇ ਬਲਕਿ ਵਿਅਕਤੀਗਤ ਤੌਰ 'ਤੇ ਵੀ ਕੋਸ਼ਿਸ਼ਾਂ ਕਰਨ ਦੀ ਜ਼ਰੂਰਤ ਹੈ। ਲੁਧਿਆਣਾ ਤੋਂ ਰਜਿੰਦਰ ਅਰੋੜਾ, ਜਲੰਧਰ ਤੋਂ ਰਾਘਵ ਜੈਨ ਅਤੇ ਦਿੱਲੀ ਤੋਂ ਰਵੀ ਮਿਸ਼ਰਾ ਦੇ ਨਾਲ ਬਿਊਰੋ ਰਿਪੋਰਟ, ਨਿਊਜ਼ 18।